ਰਹੀਮ ਜੀ ਪੀ ਸੀ ਐਸ ਐਫ ਨਿਊਜ਼ ਫੈਸਲਾਬਾਦ ਵੱਲੋਂ ਤੁਹਾਡਾ ਮੇਜ਼ਬਾਨ ਪ੍ਰੋਫੈਸਰ ਰਿਆਜ਼ ਅਹਿਮਦ ਕਾਦਰੀ ਤੁਹਾਨੂੰ ਜੀ ਆਇਆਂ ਨੂੰ ਆਖਦਾ ਹੈ। ਮੁਅੱਜ਼ਜ਼ ਸਾਮਈਨ ਅਤੇ ਮੁਅੱਜ਼ਜ਼ ਨਾਜ਼ਰੀਨ, ਇਸ ਵੇਲੇ ਮੇਰੇ ਹੱਥ 'ਚ ਤਨਕੀਦੀ ਵੇਰਵੇ ਮੌਜੂਦ ਹੈ, ਡਾਕਟਰ ਮੁਹੰਮਦ ਅਯੂਬ ਖਾਨ ਨੇ ਇਹਨੂੰ ਲਿਖਿਆ ਅਤੇ ਅਦਾਰਾ ਪੰਜਾਬੀ ਲਿਖਾਰੀਆਂ ਲਾਹੌਰ ਵੱਲੋਂ ਸ਼ਾਇਆ ਹੋਈ ਹੈ। ਇਹ ਕਿਤਾਬ ਡਾਕਟਰ ਮੁਹੰਮਦ ਅਯੂਬ ਖਾਨ ਦੀ 6ਵੀਂ ਕਿਤਾਬ ਹੈ। ਇਹ ਜਨਾਬ ਐਨ ਸੀਨ ਮੁਸਲਮ ਦੀ ਕਿਤਾਬ ਵਾਹਗਾ ਮੈਂ ਵੱਲ ਵੋਟ ਅਤੇ ਖਾਜਾ ਅਲੀ ਬਹਾਦਰ ਦੀ ਕਿਤਾਬ ਪੰਜਾਬੀ ਕੁਲੀਆਦ ਦੁੱਖਾਂ ਦੇ ਪੰਧ ਬਾਰੇ ਆ, ਅਤੇ ਹੁਣ ਇਸ ਕਿਤਾਬ ਦੇ ਬਾਰੇ ਡਾਕਟਰ ਮੁਹੰਮਦ ਅਯੂਬ ਖਾਨ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਾਨੂੰ ਇਹ ਦੱਸੋ ਇਸ ਕਿਤਾਬ ਦੇ ਵਿੱਚ ਕਿਹੜੇ ਕਿਹੜੇ ਮਜ਼ਮੂਨ ਸ਼ਾਮਲ ਨੇ ਅਤੇ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਜਾਂ ਕਿਤਾਬਾਂ ਦੇ ਬਾਰੇ ਲਿਖਿਆ ਗਿਆ ਹੈ? ਬਹੁਤ ਸ਼ੁਕਰੀਆ ਕਾਦਰੀ ਸਾਹਿਬ, ਇਤਨੀ ਇੱਜ਼ਤ ਅਫਜ਼ਾਈ ਦਾ। ਕਾਦਰੀ ਸਾਹਿਬ, ਇਹ ਕਿਤਾਬ ਦਾ ਰਸਲ ਦੋ ਕਿਤਾਬਾਂ ਦਾ ਤਨਕੀਦੀ ਵੇਰਵਾ ਹੈ ਜੀ। ਵਾਹ ਵਾਹ ਵਾਹ, ਬਹੁਤ ਐਨਸਿਨ ਮੁਸਲਿਮ ਦੀ ਵਾਹਗਾ ਮੈਂ ਵੱਲ ਮੋੜ ਜੀ, ਅਤੇ ਖਵਾਜਾ ਅਲੀ ਬਹਾਦਰ ਦੀ ਦੁੱਖਾਂ ਦੇ ਪੰਧ। ਵਾਹ ਵਾਹ ਵਾਹ, ਬਹੁਤ ਅੱਛਾ। ਮੈਂ ਆਪਣੇ ਆਪ ਨੂੰ ਇਸ ਪੱਖੋਂ ਬਹੁਤ ਖੁਸ਼ਕਿਸਮਤ ਸਮਝਦਾ ਕਿ ਮੈਂ ਐਨਸਿਨ ਮੁਸਲਿਮ ਹਨਾ ਨਾਲ 2-3 ਦਫ਼ਾ ਬਰਾਹ ਰਾਸਤ ਮੁਲਾਕਾਤ ਕੀਤੀ। ਵਾਹ ਵਾਹ। ਹਾਲਾਂਕਿ ਉਹਨਾਂ ਨੇ ਸਾਰਾ ਆਪਣਾ ਕਲਮੀ ਸਫ਼ਰ ਉਰਦੂ 'ਚ ਤੈਅ ਕੀਤਾ, ਉਹਨਾਂ ਦੀ ਇੱਕੋ ਹੀ ਉਹਨਾਂ ਨੇ ਪੰਜਾਬੀ ਅਦਬ ਨੂੰ ਕਿਤਾਬ ਵਾਹਗਾ ਮੈਂ ਵੱਲ ਮੋੜ ਦਿੱਤੀ ਜੀ। ਜਦੋਂ ਮੈਂ ਕਿਤਾਬ ਪੜ੍ਹੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਕਿਤਾਬ ਜਿਹੜੀ ਆ ਸਾਨੂੰ ਕਲਾਸੀਕੀ ਰਵਾਇਤ ਨਾਲ ਜੁੜਦੀ ਨਜ਼ਰ ਆਉਂਦੀ ਹੈ। ਬਹੁਤ ਅੱਛਾ। ਅਤੇ ਜਿਸ ਤਰ੍ਹਾਂ ਮੈਂ ਕਿਤਾਬ ਪੜ੍ਹਦਾ ਗਿਆ, ਮੇਰੇ ਉੱਤੇ ਬਹੁਤ ਸਾਰੇ ਮੌਜੂਆਤ ਜਿਹੜੇ ਕਿ ਨਵੇਕਲੇ ਢੰਗ 'ਚ ਐਨਸਿਨ ਮੁਸਲਿਮ ਨੇ ਬਿਆਨ ਕੀਤੇ ਸਨ, ਉਹ ਖੁੱਲ੍ਹਦੇ ਗਏ ਅਤੇ ਮੈਂ ਉਹਨਾਂ ਦਾ ਤਨਕੀਦੀ ਵੇਰਵਾ ਜਿਹੜਾ ਉਹ ਪੇਸ਼ ਕੀਤਾ ਜੀ। ਇਸੇ ਤਰ੍ਹਾਂ ਮੀਰਪੁਰ ਆਜ਼ਾਦ ਕਸ਼ਮੀਰ ਦੇ ਬਾਬਾ ਖਵਾਜਾ ਅਲੀ ਬਹਾਦਰ ਦੀ ਪੰਜਾਬੀ ਕੁਲੀਆ ਦੁੱਖਾਂ ਦੇ ਪੰਧ ਪੜ੍ਹਨ ਦਾ ਇਤਫਾਕ ਹੋਇਆ, ਜਿਹਦੇ ਵਿੱਚ ਉਹਨਾਂ ਨੇ ਕੁਛ ਕਲਾਸੀਕੀ ਅਸਨਾਫ ਬਾਰੇ ਲਿਖਿਆ, ਕੁਛ ਨਜ਼ਮਾਂ ਲਿਖੀਆਂ ਔਰ ਚਿੱਠੀ ਰਵਾਇਤ ਨੂੰ ਜਿਹੜਾ ਉਹਨਾਂ ਨੇ ਜ਼ਿੰਦਾ ਕੀਤਾ ਜੀ। ਜੀ, ਖਵਾਜਾ ਸਾਹਿਬ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਉਹਨਾਂ ਨੇ ਇਨਸਾਨੀ ਜਜ਼ਬਾਤ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਬਿਆਨ ਕੀਤਾ। ਸ਼ਾਇਦ ਉਸ ਦਾ ਕਾਰਨ ਹੈ ਕਿ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਬਰਤਾਨੀਆ ਚਲੇ ਗਏ ਸਨ, ਆਪਣਿਆਂ ਤੋਂ ਵਿਛੜਨ ਦਾ ਅਹਿਸਾਸ ਕੀ ਹੁੰਦਾ, ਫਿਰ ਉਹਨਾਂ ਦੇ ਘਰ 'ਚ ਜੋ ਕੁਛ ਵੀ ਵਾਪਰਿਆ ਤਕਸੀਮੇ ਪਾਕਿਸਤਾਨ ਵੇਲੇ, ਉਹਨਾਂ ਨੂੰ ਕਿੰਨਾ ਮਸਾਇਲ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਗੱਲ ਤਾਂ ਆਪਣੇ ਜਜ਼ਬਾਤ ਦੀ ਹੀ ਕੀਤੀ ਆ, ਲੇਕਿਨ ਲਿਖਣ ਢੰਗ ਇੰਨਾ ਨਿੱਗਰ ਹੈ ਕਿ ਉਸ ਨੂੰ ਪੜ੍ਹ ਕੇ ਅਹਿਸਾਸ ਹੁੰਦਾ ਕਿ ਉਹਨਾਂ ਨੇ ਆਮ ਲੋਕਾਈ ਦੀ ਗੱਲ ਕੀਤੀ ਹੈ। ਬਹੁਤ। ਮੈਂ ਉਹਨਾਂ ਦੀ ਇਸ ਪੂਰੀ ਕੁਲੀਆਤ ਦਾ ਇੱਕ ਇੱਕ ਪੱਖ ਤੋਂ ਜਾਇਜ਼ਾ ਲਿਆ ਔਰ ਉਸ ਨੂੰ ਇਸ ਕਿਤਾਬ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰ ਦਿੱਤਾ ਜੀ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ। ਅਸੀਂ ਇਹ ਖੂਬਸੂਰਤ ਕਿਤਾਬ ਦੇ ਛਪਣ 'ਤੇ ਮੁਬਾਰਕਬਾਦ ਪੇਸ਼ ਕਰਦੇ ਹਾਂ, ਤੁਹਾਡੀ 6ਵੀਂ ਕਿਤਾਬ, ਅਤੇ ਮਾਸ਼ਾਅੱਲਾ ਤੁਹਾਨੂੰ ਪਿਛਲੀਆਂ ਕਿਤਾਬਾਂ 'ਤੇ ਵੀ 25-30 ਦੇ ਕਰੀਬ ਅਵਾਰਡ ਅਤੇ ਆਜ਼ਾਦ ਮਿਲੇ ਨੇ, ਅਤੇ ਤੁਹਾਡੀ ਇਹ ਕਿਤਾਬ ਸਾਡੇ ਲਈ ਵੀ, ਸਾਡੇ ਕਾਲਜ ਲਈ ਵੀ, ਜੀ ਪੀ ਸੀ ਐਸ ਐਫ ਨਿਊਜ਼ ਚੈਨਲ ਲਈ ਵੀ ਇੱਕ ਇਜ਼ਾਜ਼ ਦਾ ਬਾਇਸ ਹੈ। ਬਹੁਤ ਸ਼ੁਕਰੀਆ ਡਾਕਟਰ ਕਾਦਰੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਜੀ।